ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਚੋਖੀ ਗਰਮੀ ਵਰੀ ਆ। ਗਰਮੀ ਇੰਨੀ ਕੁ ਸੀ ਕਿ ਲੋਕ ਆ ਜਿਹੜੇ ਕਾਫੀ ਪ੍ਰਭਾਵਿਤ ਹੋਏ, ਕਾਫੀ ਲੋਕ ਆਵਾਜ਼ਾਰ ਸੀ ਗਰਮੀ ਦੇ ਕਰਕੇ। ਖਾਸ ਕਰਕੇ ਅੱਜ ਉਹ ਲੋਕ ਵੱਧ ਆਵਾਜ਼ਾਰ ਸੀ ਜਿਨ੍ਹਾਂ ਦੇ ਪਿੰਡ ਇਸ ਵਕਤ ਪਾਣੀ ਦੇ ਵਿੱਚ ਡੁੱਬੇ ਹੋਏ ਆ। ਇੱਕ ਪਾਸੇ ਪਾਣੀ 4-4, 5-5 ਫੁੱਟ ਫਿਰਦਾ, ਜਦੋਂ 37-38-39 ਡਿਗਰੀ ਸੂਰਜ ਜਿਹੜਾ ਉਹ ਤਾਪਮਾਨ ਛੱਡੇ, ਅਤੇ ਉਸ ਤੋਂ ਬਾਅਦ ਆਪਾਂ ਸਮਝ ਸਕਦੇ ਹਾਂ ਕਿ ਪਾਣੀ ਵੀ ਤਪ ਰਿਹਾ, ਭੜਾਸ ਉੱਧਰੋਂ ਵੀ ਨਿਕਲ ਰਹੀ ਹੈ, ਅਤੇ ਛੱਤਾਂ ਦੇ ਉੱਤੇ ਲੋਕ ਇਸ ਵਕਤ ਦਿਨ ਕੱਟੀ ਕਰਨ ਦੇ ਲਈ ਮਜਬੂਰ ਹੈ। ਉਹਨਾਂ ਦੇ ਸਿਰ ਦੇ ਉੱਤੇ ਵੀ ਸੂਰਜ ਦੀ ਤਪਦੀ ਹੋਈ ਟਿੱਕੀ ਵਰ ਰਹੀ ਹੈ, ਜਿਹਦੇ ਕਰਕੇ ਉਹਨਾਂ ਦੀ ਮੁਸ਼ਕਲ ਦੇ ਵਿੱਚ ਵਾਧਾ ਹੋਣਾ ਕੁਦਰਤੀ ਹੈ, ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਛਿੱਟੇ ਪੈ ਸਕਦੇ ਆ, ਪਰ ਇਹ ਮੀਂਹ ਉਹਨਾਂ ਨਹੀਂ ਹੋਣਾ ਜਿਹੜਾ ਨੁਕਸਾਨਦਾਇਕ ਹੋਵੇ। ਬਾਕੀ ਵਕਤ ਦੱਸੂਗਾ ਭਵਿੱਖਬਾਣੀ ਹੈ ਜੋ ਕੀਤੀ ਗਈ ਉਹਦੇ ਵਿੱਚ ਸੱਚਾਈ ਕਿੰਨੀ ਕੁ ਹੈ। ਪਰ ਜਿਹੜੀ ਪੰਜਾਬ ਦੇ ਨਾਲ ਸੰਬੰਧਿਤ ਹੜ੍ਹਾਂ ਦੀ ਪਹਿਲੀ ਵੱਡੀ ਖਬਰ ਹੈ, ਉਹ ਬਹੁਤ ਕੁਝ ਸੋਚਣ ਸਮਝਣ ਅਤੇ ਵਿਚਾਰਨ ਵਾਸਤੇ ਮਜਬੂਰ ਕਰਦੀ ਹੈ। ਇਸ ਵਕਤ ਆਪਾਂ ਜਾਣਦੇ ਪੰਜਾਬ ਦੇ 150 ਦੇ ਕਰੀਬ ਪਿੰਡ ਪਾਣੀ ਦੇ ਵਿੱਚ ਬੇਹੱਦ ਡੁੱਬੇ ਹੋਏ ਆ। ਲੋਕ ਬੇਹੱਦ ਆਵਾਜ਼ਾਰ ਹੈ, ਲੋਕਾਂ ਨੂੰ ਇਸ ਵਕਤ ਰੋਟੀ ਦਾ ਫਿਕਰ ਹੈ, ਲੋਕਾਂ ਨੂੰ ਆਪਣੇ ਭਵਿੱਖ ਦਾ ਫਿਕਰ ਹੈ ਕਿ ਸਾਡਾ ਬਣੂਗਾ ਕੀ। ਪਰ ਇਸੇ ਦਰਮਿਆਨ ਪੰਜਾਬ ਦੇ ਵਿੱਚ ਮਾਲਵਾ ਖਿੱਤੇ ਦੇ ਅੰਦਰ ਨਹਿਰਾਂ ਸੁੱਕੀਆਂ ਪਈਆਂ, ਉੱਥੇ ਨਾਲੇ ਸੁੱਕੇ ਪਏ ਆ, ਉੱਥੇ ਕੱਸੀਆਂ ਸੁੱਕੀਆਂ ਪਈਆਂ। ਇਹਦੇ ਪਿੱਛੇ ਕੀ ਕਾਰਨ ਆ? ਕੀ ਇਹ ਜਾਣਬੁੱਝ ਕੇ ਡੋਬਿਆ ਗਿਆ ਪੰਜਾਬ ਦਾ ਇੱਕ ਹਿੱਸਾ, ਜਾਂ ਕੀ ਇਹਦੇ ਪਿੱਛੇ ਕੋਈ ਹੋਰ ਵੱਡੀ ਸਾਜਿਸ਼ ਹੈ? ਇਹਦੇ ਬਾਬਤ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਕਈ ਕਿਸਮ ਦੇ ਸਵਾਲ ਉਮੜ ਰਹੇ ਆ। ਮਾਲਵਾ ਖਿੱਤੇ ਦੇ ਵਿੱਚ ਅਸੀਂ ਜਾ ਕੇ ਦੇਖਿਆ, ਲੋਕ ਅੱਜ ਵੀ ਟਿਊਬਵੈੱਲਾਂ ਦੇ ਰਾਹੀਂ ਆਪਣੇ ਝੋਨੇ ਨੂੰ ਪਾਣੀ ਲਾਉਣ ਵਾਸਤੇ ਮਜਬੂਰ ਹੈ। ਸੋ ਕਿਹੜੇ ਕਾਰਨ ਆ ਜਿਹਦੇ ਕਰਕੇ ਉੱਧਰਲੀਆਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ? ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਇੱਕ ਹਿੱਸਾ ਡੁੱਬ ਗਿਆ, ਦੂਜੇ ਹਿੱਸੇ ਨੂੰ ਬਚਾਇਆ ਗਿਆ, ਉੱਧਰ ਪਾਣੀ ਦੀ ਤੋਟ ਹਾਲੇ ਵੀ ਹੈਗੀ ਹੈ? ਇਹਦੇ ਬਾਬਤ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਤਰ ਦਿੰਦਾ, ਨਾ ਸਰਕਾਰ ਦੇ ਵੱਲੋਂ ਉੱਤਰ ਦਿੱਤਾ ਜਾ ਰਿਹਾ, ਨਾ ਹੀ ਕੋਈ ਹੋਰ ਇਹਦੇ ਮੁਤਲਕ ਜਾਣਕਾਰੀ ਦੇ ਰਿਹਾ। ਪਰ ਜਿਸ ਤਰੀਕੇ ਦੇ ਨਾਲ ਰਾਜਨੀਤੀ ਬਹੁਤ ਵੱਡੇ ਪੱਧਰ ਦੇ ਉੱਤੇ ਛਿੜੀ ਹੋਈ ਹੈ, ਕੋਈ ਕਹਿੰਦਾ ਜੀ ਅਸੀਂ ਅਦਾਲਤ ਦੇ ਵਿੱਚ ਪਟੀਸ਼ਨ ਪਾਵਾਂਗੇ ਕਿ ਜਾਣਬੁੱਝ ਕੇ ਪੰਜਾਬ ਨੂੰ ਡੋਬਿਆ ਗਿਆ, ਕੋਈ ਕਹਿੰਦਾ ਕੇਂਦਰ ਦੇ ਇਸ਼ਾਰੇ 'ਤੇ ਡੋਬਿਆ ਗਿਆ, ਕੋਈ ਕਹਿੰਦਾ ਸੂਬੇ ਦੀ ਸਰਕਾਰ ਨੇ ਡੋਬ ਦਿੱਤਾ, ਕੋਈ ਕਹਿੰਦਾ ਜੀ ਭਾਖੜਾ ਦੇ ਪ੍ਰਬੰਧਕਾਂ ਨੇ ਡੋਬ ਦਿੱਤਾ। ਯਾਨੀ ਕਿ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਰੋਮ ਸੜ ਰਿਹਾ ਸੀ ਅਤੇ ਨੀਰੋ ਬੰਸਰੀ ਵਜਾ ਰਿਹਾ ਸੀ, ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਚਿੜੀਆਂ ਦੀ ਮੌਤ 'ਤੇ ਗੁਮਾਰਾਂ ਦਾ ਹਾਸਾ, ਇਸ ਵਕਤ ਲੋਕਾਂ ਦੀ ਹਾਲਤ ਉਹਨਾਂ ਚਿੜੀਆਂ ਵਰਗੀ ਹੈ ਜਿਨ੍ਹਾਂ ਦੀ ਮੌਤ ਹੋ ਰਹੀ ਹੈ। ਕੁਝ ਕੁ ਲੋਕਾਂ ਦੀ ਮੌਤ ਇਸ ਪਾਣੀ ਕਰਕੇ ਹੋ ਗਈ ਹੈ, ਕੁਝ ਕੁ ਲੋਕ ਬਿਮਾਰ ਹੋ ਚੁੱਕੇ ਆ ਅਤੇ ਕੁਝ ਕੁ ਲਗਾਤਾਰ ਬਿਮਾਰੀ ਵੱਲ ਵੱਧ ਰਹੇ ਆ। ਸਾਡੇ ਅੱਜ ਕੁਝ ਕੁ ਸੱਜਣ ਗਏ ਸੀ ਵੱਖ ਵੱਖ ਥਾਵਾਂ ਦੇ ਉੱਤੇ ਰਾਹਤ ਸਮੱਗਰੀ ਦੇਣ ਦੇ ਲਈ। ਉਹਨਾਂ ਨੇ ਕੁਝ ਕੁ ਗੱਲਾਂ ਦੱਸੀਆਂ ਜਿਹੜੀਆਂ ਬਹੁਤ ਵੱਡਾ ਵਿਚਾਰ ਦੀ ਮੰਗ ਕਰਦੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਉੱਥੇ ਵੱਖ ਵੱਖ ਥਾਵਾਂ ਦੇ ਉੱਤੇ ਲੰਗਰ ਇੰਨਾ ਕੁ ਪਹੁੰਚ ਚੁੱਕਿਆ ਕਿ ਜੇਕਰ 15 ਦਿਨ ਕਿਸੇ ਪਾਸਿਓਂ ਲੰਗਰ ਨਾ ਵੀ ਆਵੇ ਤਾਂ ਵੀ ਰੋਟੀ ਟੁੱਕ ਮੁੱਕਦਾ ਨਹੀਂ। ਪਰ ਰੌਲਾ ਇਸ ਗੱਲ ਦਾ ਹੈ ਵੀ ਸੜਕਾਂ ਦੇ ਉੱਤੇ ਉੱਚੀਆਂ ਥਾਵਾਂ ਦੇ ਉੱਤੇ ਲੋਕ ਲੰਗਰ ਲੈ ਕੇ ਬੈਠੇ ਆ। ਪਹੁੰਚਾਉਣਾ ਹੈਗਾ 5-7-10 ਕਿਲੋਮੀਟਰ ਦੂਰ ਜਿੱਥੇ ਕਿ ਪਿੰਡ ਡੁੱਬੇ ਹੋਏ ਪਾਣੀ ਦੇ ਵਿੱਚ, ਅਤੇ ਪ੍ਰਸ਼ਾਸਨ ਦੇ ਕੋਲ ਸਹੀ ਗਿਣਤੀ ਦੇ ਵਿੱਚ ਉਨੀਆਂ ਕਿਸ਼ਤੀਆਂ ਹੀ ਨਹੀਂ, ਉਨੀ ਬੋਟ ਦਾ ਪ੍ਰਬੰਧ ਹੀ ਨਹੀਂ ਕਿ ਉਹਦੇ ਰਾਹੀਂ ਜਾ ਕੇ ਛੱਤਾਂ ਦੇ ਉੱਤੇ ਬੈਠੇ ਲੋਕਾਂ ਨੂੰ ਰੋਟੀ ਟੁੱਕ ਪਹੁੰਚਾਇਆ ਜਾ ਸਕੇ। 2-4-5 ਕਿਸ਼ਤੀਆਂ ਅਤੇ ਉਹਨਾਂ ਦੇ ਰਾਹੀਂ ਕਿੰਨੀ ਕੁ ਸਮੱਗਰੀ ਪਹੁੰਚਾਈ ਜਾ ਸਕਦੀ ਹੈ, ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ। ਸੋ ਜਿਹੜਾ ਪ੍ਰਸ਼ਾਸਨ ਕਹਿੰਦਾ ਜੀ ਕਿ ਅਸੀਂ ਰਾਹਤ ਦੇ ਨਾਂ ਦੇ ਉੱਤੇ ਬਹੁਤ ਕੁਝ ਕਰ ਦਿੱਤਾ, ਜਿਹੜਾ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਤਾਂ ਇਹਨਾਂ ਲੋੜਵੰਦਾਂ ਦੀ ਮਦਦ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਉਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਕਿਸ਼ਤੀਆਂ ਦੇ ਵੱਲ, ਬੋਟ ਦੇ ਵੱਲ ਕੋਈ ਪ੍ਰਬੰਧ ਹੀ ਨਹੀਂ ਕੀਤਾ ਜਾਂਦਾ, ਧਿਆਨ ਨਹੀਂ ਕੀਤਾ ਜਾਂਦਾ ਕਿ ਉਹਨਾਂ ਲੋਕਾਂ ਤੱਕ ਕੋਈ ਪਾਣੀ ਦੇ ਵਿੱਚ ਡੁੱਬ ਕੇ ਤਾਂ ਰਾਹਤ ਸਮੱਗਰੀ ਪਹੁੰਚਾ ਨਹੀਂ ਸਕਦਾ। ਇਸ ਕਰਕੇ ਸਭ ਤੋਂ ਵੱਡੀ ਲੋੜ ਹੈ ਇਸ ਵਕਤ ਕਿਸ਼ਤੀਆਂ ਦੀ, ਇਸ ਵਕਤ ਸਭ ਤੋਂ ਵੱਡੀ ਲੋੜ ਹੈ ਮੋਟਰ ਬੋਟ ਦੀ। ਲੋਕਾਂ ਦਾ ਇਹ ਵੀ ਕਹਿਣਾ ਕਿ ਸਾਡੇ ਇਹਨਾਂ ਖੇਤਰਾਂ ਦੇ ਵੱਲ, ਪਿੰਡਾਂ ਦੇ ਵੱਲ ਕੋਈ ਵੀ ਮੰਤਰੀ ਸੰਤਰੀ ਨਾ ਆਵੇ ਸਾਨੂੰ ਤਾਂ ਸੁੱਖ ਦਾ ਸਾਹ ਆਉਂਦਾ, ਕਿਉਂਕਿ ਜਦੋਂ ਵੀ ਕੋਈ ਮੰਤਰੀ ਆਉਂਦਾ ਆਪਣੇ ਨਾਲ ਵੱਡਾ ਲਾਮ ਲਸ਼ਕਰ ਲੈ ਕੇ ਆਉਂਦਾ, ਉਹ ਬੰਨ ਦੇ ਉੱਤੇ ਗੇੜਾ ਕੱਢ ਕੇ ਤੁਰ ਜਾਂਦੇ ਆ, ਅਤੇ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਪੀੜਤਾਂ ਦੀ ਮਦਦ ਕਰਾਂਗੇ, ਅਤੇ ਨਾ ਉਹ ਪੀੜਤਾਂ ਨੂੰ ਮਿਲਦੇ ਆ ਅਤੇ ਨਾ ਪੀੜਤਾਂ ਦੀ ਸਾਰ ਲੈ ਕੇ ਕੋਈ ਹੱਲ ਕੱਢਦੇ ਆ। ਇਸ ਕਰਕੇ ਲੋਕ ਇਹਨਾਂ ਤੋਂ ਖਿਝੇ ਹੋਏ ਆ। ਅੱਜ ਅਸੀਂ ਕਈ ਟੀ ਵੀ ਚੈਨਲਾਂ ਦੇ ਉੱਤੇ ਦੇਖਿਆ ਲੋਕ ਧੜੇ ਪੱਕੇ ਦੀਆਂ ਗਾਲਾਂ ਕੱਢਦੇ ਵੱਖ ਵੱਖ ਮੰਤਰੀਆਂ ਨੂੰ, ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਕਦੇ ਆਪਣੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ, ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਖੱਟਿਆ ਕੀ ਆ। ਹਾਲਾਂਕਿ ਰਾਜਨੀਤਿਕ ਲੋਕ ਇੱਕ ਦੂਜੇ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਮੜ ਰਹੇ ਆ,
ਪਰ ਹੈਗੇ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਹੀ ਹੈ। ਜਿਹੜੀ ਸਰਕਾਰ ਦੇ ਮੌਕੇ ਹੜ੍ਹ ਨਹੀਂ ਆਏ ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਇਸ ਵਕਤ ਉਸ ਪਾਰਟੀ ਦੇ ਵੱਲੋਂ ਕਿ ਦੇਖੋ ਜੀ ਕਾਂਗਰਸ ਨੇ ਹੀ ਹੜ੍ਹ ਲਿਆਂਦੇ ਆ। ਕਾਂਗਰਸ ਇਹ ਗੱਲ ਕਹਿੰਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਹੜ੍ਹ ਲਿਆਂਦੇ ਆ। ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਕਿ ਇਹਨਾਂ ਦੋਹਾਂ ਨੇ ਹੜ੍ਹ ਮਿਲ ਕੇ ਲਿਆਂਦੇ ਆ। ਅਤੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਦੇ ਵੱਲੋਂ ਹਾਲੇ ਤੱਕ ਪੰਜਾਬ ਨੂੰ ਇੱਕ ਦੁੱਕੀ ਦੇਣ ਦਾ ਐਲਾਨ ਨਹੀਂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਅਸੀਂ ਮੋਦੀ ਸਾਹਿਬ ਤੋਂ 1,000 ਕਰੋੜ ਰੁਪਈਆ ਮੰਗਿਆ ਰਾਹਤ ਰਾਸ਼ੀ ਦੇ ਤੌਰ 'ਤੇ, ਪਰ ਮਿਲਿਆ ਹਾਲੇ ਤੱਕ ਕੱਖ ਨਹੀਂ। ਪਹਿਲਾਂ ਉਹ 2-3 ਖਬਰਾਂ ਦਾ ਵੇਰਵਾ ਸਾਂਝਾ ਕਰਦੇ ਹਾਂ ਜਿਹੜੀਆਂ ਸਾਡੇ ਤੱਕ ਅਪੜੀਆਂ, ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹੜ੍ਹਾਂ ਦੀ ਮਾਰ ਦੇ ਨਾਲ ਬੇਹਾਲ ਹੋਏ ਪਿੰਡ ਤੱਕੀਆਂ ਵਿਖੇ ਪਹੁੰਚੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਹੜ੍ਹਾਂ ਵਾਸਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਮੌਕੇ ਕਦੇ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਬਣੇ। ਹਰਸਿਮਰਤ ਨੇ ਕਿਹਾ ਕਿ ਮੀਂਹ ਬਾਰੇ ਸਰਕਾਰ ਨੂੰ ਪਹਿਲਾਂ ਹੀ ਜਾਣਕਾਰੀ ਸੀ, ਫਿਰ ਕਿਉਂ ਨਹੀਂ ਡਰੇਨਾਂ ਦੀ ਸਫਾਈ ਕਰਵਾਈ ਗਈ। ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਸਰਕਾਰ ਦੇ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾਂਦਾ ਸੀ। ਦੂਜੇ ਪਾਸੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਰਵਨੀਤ ਬਿੱਟੂ ਅੱਜ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਜਿਨ੍ਹਾਂ ਦੇ ਕੋਲ ਜਲ ਸ਼ਕਤੀ ਵਿਭਾਗ ਹੈ, ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਬਿੱਟੂ ਨੇ ਉਹਨਾਂ ਨੂੰ ਕਿਹਾ ਕਿ ਬੁੱਢੇ ਨਾਲੇ ਦੀ ਮੁਕੰਮਲ ਸਫਾਈ ਕਰਵਾਉਣਾ ਸਾਡਾ ਸੁਪਨਾ, ਇਸ ਦੇ ਲਈ ਮੈਂ ਚੋਣ ਦੇ ਵਿੱਚ ਵਾਅਦਾ ਵੀ ਕੀਤਾ ਸੀ। ਉਹਨਾਂ ਨੇ ਕਿਹਾ ਕਿ ਬੁੱਢਾ ਨਾਲਾ ਜਿਹੜਾ ਕਿਸੇ ਸਮੇਂ ਸਤਲੁਜ ਦਰਿਆ ਦਾ ਹਿੱਸਾ ਹੁੰਦਾ ਸੀ ਅਤੇ ਇਸ ਵਿੱਚ 50 ਤੋਂ ਵੱਧ ਕਿਸਮ ਦੇ ਜਲ ਜੀਵ ਜੰਤੂ ਪਾਏ ਜਾਂਦੇ ਸੀ, ਪਰ ਮਾੜੀ ਕਿਸਮਤ ਦੇ ਨਾਲ ਸਮੇਂ ਦੇ ਪ੍ਰਵਾਹ ਕਰਕੇ ਇਸ ਦੀ ਸ਼ਾਨ ਖਤਮ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੂੰ ਬੁੱਢੇ ਨਾਲੇ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਤੀਜੇ ਪਾਸੇ ਵੀ ਦੱਸਣਾ ਬਣਦਾ ਹੈ ਕਿ ਹੜ੍ਹ ਪੀੜਤਾਂ ਦੇ ਮਾਮਲੇ ਦੇ ਉੱਤੇ ਕਾਂਗਰਸੀ ਅਤੇ ਭਾਜਪਾ ਹੀ ਮੇਣੋ ਮੇਣੀ ਹੋ ਰਹੇ ਨੇ। ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨੇ, ਉਹਨਾਂ ਨੇ ਅੱਜ ਸ਼ਵੇਤ ਮਲਕ ਨੂੰ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਨੇ ਕਿਹਾ ਕਿ 100 ਕਰੋੜ ਰੁਪਈਏ ਦੀ ਰਾਹਤ ਰਾਸ਼ੀ ਮੰਗੀ ਹੈ, ਪਰ ਕੇਂਦਰ ਦੇ ਵੱਲੋਂ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਮਲਾ ਸਲੂਕ ਕਰ ਰਹੀ ਹੈ। ਦੂਜੇ ਪਾਸੇ ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਕ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ਦੇ ਉੱਤੇ ਘਟੀਆ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਹੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੇ ਕੁਝ ਦੇ ਉੱਤੇ ਰਾਜਨੀਤਿਕ ਲੋਕ ਅੱਜ ਦੀ ਤਰੀਕ 'ਚ ਕੁੱਕੜ ਖੇ ਉਡਾ ਰਹੇ ਆ, ਇਹ ਅੱਜ ਉਹ ਗੱਲਾਂ ਛੇੜਨ ਦਾ ਵੇਲਾ ਨਹੀਂ। ਅੱਜ ਵੇਲਾ ਸਿਰਫ ਅਤੇ ਸਿਰਫ ਇਸ ਗੱਲ ਦਾ ਕਿ ਮੁਸ਼ਕਲ ਦੇ ਵਿੱਚ ਫਸੇ ਹੋਏ ਲੋਕਾਂ ਦੀ ਜਾਨ ਕਿਵੇਂ ਬਚਾਈ ਜਾਵੇ, ਉਹਨਾਂ ਨੂੰ ਮੁੜ ਪੈਰਾਂ ਸਿਰ ਕਿਵੇਂ ਖੜਾ ਕੀਤਾ ਜਾਵੇ, ਜਿਨ੍ਹਾਂ ਦਾ ਹਜ਼ਾਰਾਂ ਦਾ ਲੱਖਾਂ ਦਾ ਕਰੋੜਾਂ ਰੁਪਈਏ ਦਾ ਨੁਕਸਾਨ ਹੋ ਚੁੱਕਿਆ, ਉਸ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇ। ਜਿਹੜੇ ਜਿਹੜੇ ਮੰਤਰੀ ਇਸ ਵਕਤ ਇੱਕ ਦੂਜੇ ਦੇ ਸਿਰ ਹੜ੍ਹਾਂ ਦਾ ਦੋਸ਼ ਮੜ ਰਹੇ ਆ, ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਜਿਸ਼ ਦੇ ਤਹਿਤ ਇਹਨਾਂ ਨੇ ਹੜ੍ਹ ਲਿਆਂਦੇ, ਦੂਜਾ ਕਹਿੰਦਾ ਇਹਨੇ ਲਿਆਂਦਾ, ਤੀਜਾ ਕਹਿੰਦਾ ਉਹਨੇ ਲਿਆਂਦੇ ਆ, ਉਹਨਾਂ ਮੰਤਰੀਆਂ ਦੇ ਵਿੱਚੋਂ ਉਹਨਾਂ ਵਿਧਾਇਕਾਂ ਦੇ ਵਿੱਚੋਂ ਇੱਕ ਵੀ ਵਿਧਾਇਕ ਅਤੇ ਮੰਤਰੀ ਨੇ ਹਾਲੇ ਤੱਕ ਇਹ ਗੱਲ ਨਹੀਂ ਕਹੀ ਕਿ ਮੈਂ ਆਪਣੇ 6 ਮਹੀਨਿਆਂ ਦੀ ਤਨਖਾਹ ਅਤੇ ਪੱਤੇ ਆ ਜਿਹੜੇ ਉਹ ਹੜ੍ਹ ਪੀੜਤ ਲੋਕਾਂ ਦੀ ਝੋਲੀ ਦੇ ਵਿੱਚ ਪਾਉਣ ਨੂੰ ਤਿਆਰ ਹਾਂ। ਯਾਨੀ ਕਿ ਆਪਾਂ ਫੋਕੀਆਂ ਗੱਲਾਂ ਕਰਨ ਨੂੰ ਪਹਿਲੇ ਨੰਬਰ ਦੇ ਉੱਤੇ, ਪਰ ਜੇਕਰ ਜੇਬ ਦੇ ਵਿੱਚੋਂ ਦੁੱਕੜੀ ਕੱਢਣੀ ਪੈ ਜਾਵੇ ਤਾਂ ਫਿਰ ਆਪਾਂ 100 ਤਰ੍ਹਾਂ ਦੇ ਵਿਚਾਰ ਕਰਦੇ ਹਾਂ। ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਮਹੀਨਿਆਂ ਦੇ ਵਿੱਚ ਕਈ ਵਿਧਾਇਕ ਇਹ ਗੱਲ ਕਹਿਣ ਕਿ ਅਸੀਂ 1 ਹਫ਼ਤੇ ਦੀ, ਅਸੀਂ 1 ਦਿਨ ਦੀ ਤਨਖਾਹ ਜਿਹੜੀ ਉਹ ਹੜ੍ਹ ਪੀੜਤਾਂ ਦੇ ਲੇਖੇ ਲਾਉਂਦੇ ਹਾਂ, ਪਰ ਇਹ ਸਿਰਫ ਅਤੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋਣੀ ਹੈ। ਪੰਜਾਬ ਦੇ ਜਿੰਨੇ ਵੀ ਸੰਸਦ ਮੈਂਬਰ ਹੈ, ਪੰਜਾਬ ਦੇ ਜਿੰਨੇ ਵੀ ਮੰਤਰੀ ਹੈ, ਪੰਜਾਬ ਦੇ ਜਿੰਨੇ ਵੀ ਵਿਧਾਇਕ ਹੈ, ਜੇਕਰ ਇਹ ਉਹਨਾਂ ਲੋਕਾਂ ਦੇ ਲਈ ਫਿਕਰਮੰਦ ਹੈ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚਾੜਿਆ, ਜਿਨ੍ਹਾਂ ਨੂੰ ਸੰਸਦ ਦੀਆਂ ਪੌੜੀਆਂ ਚਾੜਿਆ, ਉਹਨਾਂ ਲੋਕਾਂ ਦੇ ਲਈ ਇਹਨਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਮਦਦ ਕਰਨ ਅਤੇ ਆਪਣੀ ਜੇਬ ਦੇ ਵਿੱਚੋਂ ਮਦਦ ਕਰਨ, ਆਪਣੀਆਂ ਤਨਖਾਹਾਂ ਦੇ ਵਿੱਚੋਂ ਮਦਦ ਕੀਤੀ ਜਾਵੇ। ਲੋਕ ਇਸ ਵਕਤ ਇਹਨਾਂ ਦੀਆਂ ਗੱਲਾਂ ਸੁਣਨ ਦੇ ਆਸ਼ਕ ਨਹੀਂ, ਲੋਕ ਇਹਨਾਂ ਦੀਆਂ ਗੱਲਾਂ ਤੋਂ ਕਲਪੇ ਪਏ ਆ, ਅਤੇ ਜੇਕਰ ਕਿਸੇ ਨੂੰ ਭੁਲੇਖਾ ਉਹ ਮੰਤਰੀ, ਉਹ ਵਿਧਾਇਕ, ਉਹ ਸੰਤਰੀ, ਉਹ ਸੰਸਦ ਮੈਂਬਰ ਇਕੱਲਾ ਜਾਵੇ, ਸਿਕਿਉਰਟੀ ਨੂੰ ਨਾਲ ਬਿਲਕੁਲ ਨਾ ਲੈ ਕੇ ਜਾਵੇ, ਅਤੇ ਪੀੜਿਤ ਲੋਕਾਂ ਨੂੰ ਜਾ ਕੇ ਮਿਲੇ, ਜਿਹੜੇ ਛੱਤਾਂ ਦੇ ਉੱਤੇ ਖੜ੍ਹੇ ਲੋਕ ਆ ਉਹਨਾਂ ਦੇ ਵਿੱਚ ਜਾ ਕੇ ਵਿਚਰੇ, ਉਹਨੂੰ ਆਪੇ ਪਤਾ ਲੱਗ ਜਾਣਾ ਕਿ ਲੋਕ ਕਿਹੋ ਜਿਹੇ ਹਾਰ ਪਾਉਂਦੇ ਆ, ਲੋਕ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਆ। ਸੋ ਇਸ ਵਕਤ ਜਦੋਂ ਰਾਜਨੀਤੀ ਸਿਖਰ ਦੇ ਉੱਤੇ ਆ ਤਾਂ ਸਭ ਤੋਂ ਵੱਧ ਧੰਨਵਾਦ ਉਹਨਾਂ ਲੋਕਾਂ ਦਾ ਕਰਨਾ ਬਣਦਾ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪੀੜਿਤ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ। ਭਾਵੇਂ ਖਾਲਸਾ ਏਡ ਸੰਸਥਾ ਦੀ ਗੱਲ ਕਰੀਏ, ਭਾਵੇਂ ਵੱਖ ਵੱਖ ਯੂਥ ਕਲੱਬਾਂ ਦੀ ਗੱਲ ਕਰੀਏ, ਭਾਵੇਂ ਪੰਚਾਇਤਾਂ ਦੀ ਗੱਲ ਕਰੀਏ, ਭਾਵੇਂ ਕੁਝ ਇੱਕ ਹੋਰ ਨਿੱਕੀਆਂ ਮੋਟੀਆਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਨਿੱਠ ਕੇ ਜਿਹੜੀ ਮਦਦ ਕੀਤੀ ਜਾ ਰਹੀ ਆ ਉਹਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਆ। ਲੋਕਾਂ ਦਾ ਇੱਕ ਹਿੱਸਾ ਇਹ ਵੀ ਗੱਲ ਕਹਿ ਰਿਹਾ, ਖਾਸ ਕਰਕੇ ਜਿਹੜੇ ਲੋਕ ਇਸ ਵਕਤ ਮੁਸ਼ਕਲ ਦੇ ਭੰਵਰ ਦੇ ਵਿੱਚ ਫਸੇ ਹੋਏ ਆ, ਉਹ ਹੈਰਾਨ ਵੀ ਹੈ ਅਤੇ ਉਹ ਇਸ ਗੱਲੋਂ ਧੰਨਵਾਦੀ ਵੀ ਹੈ ਕਿ ਸਰਕਾਰਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ, ਪਰ ਜਿਹੜੇ ਲੋਕਾਂ ਨੂੰ ਅਸੀਂ ਕਦੇ ਦੇਖਿਆ ਵੀ ਨਹੀਂ ਸੀ ਉਹ ਇਸ ਵਕਤ ਦੁੱਧ ਦੇ ਡਰੰਮ ਚੱਕ ਕੇ ਲਿਆ ਰਹੇ ਆ, ਉਹ ਲੋਕ ਉਹਨਾਂ ਦੇ ਪਸ਼ੂਆਂ ਦੇ ਵਾਸਤੇ ਪੱਠੇ ਆ ਜਿਹੜੇ ਉਹ ਟਰੱਕਾਂ ਦੇ ਟਰੱਕ ਭਰ ਕੇ ਲਿਆ ਰਹੇ ਆ, ਲੋਕ ਟਰੱਕ ਭਰ ਭਰ ਕੇ ਤੂੜੀ ਦੀਆਂ ਪੰਡਾਂ ਦੇ ਲਿਆ ਰਹੇ ਆ,
ਇਹੀ ਸਾਡੇ ਪੰਜਾਬੀਆਂ ਦੀ ਖਾਸੀਅਤ ਆ ਕਿ ਅਸੀਂ ਲੋੜ ਦੇ ਮੌਕੇ ਇਕੱਠੇ ਹੋ ਜਾਂਦੇ ਹਾਂ, ਚਾਹੁੰਦਿਆਂ ਜਾਂ ਨਾ ਚਾਹੁੰਦਿਆਂ, ਭਾਵੇਂ ਕਿ ਅਸੀਂ ਪੰਜਾਬੀ ਕਿੰਨੇ ਵੀ ਧਰਮਾਂ ਦੇ ਵਿੱਚ ਵੰਡੇ ਹੋ ਗਏ, ਭਾਵੇਂ ਸਾਡੀ ਸੋਚ ਕਿੰਨੀ ਵੀ ਅਡਰੀ ਕਿਉਂ ਨਾ ਹੋਵੇ, ਪਰ ਮੁਸ਼ਕਲ ਦੀ ਘੜੀ ਦੇ ਵਿੱਚ ਜੋ ਅਸੀਂ ਇਕੱਠੇ ਹੁੰਦੇ ਹਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਅਤੇ ਇਹੀ ਸਾਡੀ ਵਿਲੱਖਣਤਾ। ਸੋ ਹੜ੍ਹਾਂ ਦੇ ਉੱਤੇ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ, ਹੜ੍ਹਾਂ ਦੀ ਸਾਜਿਸ਼ ਕਿਉਂ ਘੜੀ ਗਈ ਇਹਦੇ ਬਾਬਤ ਜ਼ਰੂਰ ਪੜਤਾਲ ਹੋਣੀ ਚਾਹੀਦੀ ਹੈ, ਕਿਹੜੀ ਗੱਲੋਂ ਉਹਨਾਂ ਪਿੰਡਾਂ ਨੂੰ ਡੋਬਿਆ ਗਿਆ ਜਿਹੜੇ ਪਿੰਡਾਂ ਨੂੰ ਡੋਬੇ ਬਿਨਾਂ ਸਾਰਿਆ ਜਾ ਸਕਦਾ ਸੀ, ਕਿਉਂਕਿ ਜੇਕਰ ਭਾਖੜਾ ਦੇ ਵਿੱਚੋਂ ਪਾਣੀ ਹੌਲੀ ਹੌਲੀ ਛੱਡਿਆ ਜਾਂਦਾ 10 ਦਿਨ ਦੇ ਵਿੱਚ 15 ਦਿਨ ਦੇ ਵਿੱਚ, ਤਾਂ ਇੰਨੇ ਵੱਡੇ ਪੱਧਰ ਦੇ ਉੱਤੇ ਬਰਬਾਦੀ ਨਹੀਂ ਸੀ ਹੋਣੀ। ਉਹ ਪਾਣੀ ਅਚਾਨਕ ਛੱਡ ਦਿੱਤਾ ਗਿਆ, ਉਹ ਪਾਣੀ ਸਤਲੁਜ ਦੇ ਵਿੱਚ ਆਇਆ, ਉਹਨੇ ਬੰਨ ਤੋੜ ਦਿੱਤੇ, ਉਹਨੇ ਲੋਕਾਂ ਨੂੰ ਮਾਰ ਦਿੱਤਾ, ਉਹਨੇ ਘਰਾਂ ਦੇ ਘਰ ਡੋਬ ਦਿੱਤੇ, ਉਹਨੇ ਲੱਖਾਂ ਏਕੜ ਫਸਲ ਤਬਾਹ ਕਰ ਦਿੱਤੀ। ਇਹਦੇ ਪਿੱਛੇ ਸਾਜਿਸ਼ ਕਿਹਦੀ ਸੀ ਜਾਂ ਇਹਦੇ ਪਿੱਛੇ ਮੂਰਖਤਾ ਕਿਹਦੀ ਸੀ? ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਹੈ, ਪਰ ਹੋਣੀ ਕਦੇ ਨਹੀਂ, ਕਿਉਂਕਿ ਆਪਣਿਆਂ ਦੇ ਨਾਂ ਇਹਦੇ ਵਿੱਚ ਗੂੰਜਣੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੀ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਭਗਵੰਤ ਮਾਨ ਜਿਹੜੇ ਕਿ ਸੰਸਦ ਮੈਂਬਰ ਨੇ, ਉਹਨਾਂ ਦੇ ਬਾਬਤ ਅੱਜ ਸਵੇਰ ਦੇ ਵੇਲੇ ਇੱਕ ਅਫਵਾਹ ਫੈਲ ਗਈ, ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਲੋਕ ਬਿਨਾਂ ਸੋਚੇ ਸਮਝੇ ਵੀ ਟਿੱਪਣੀਆਂ ਕਰਦੇ ਆ, ਬਿਨਾਂ ਕਿਸੇ ਤਰਕ ਦੇ, ਬਿਨਾਂ ਕਿਸੇ ਤੱਥ ਦੀ ਪੜਤਾਲ ਕੀਤਿਆਂ ਅੱਗੇ ਤੋਂ ਅੱਗੇ ਖਬਰ ਨੂੰ ਸ਼ੇਅਰ ਕਰਨ ਦੇ ਵਿੱਚ ਵੀ ਮਾਣ ਮਹਿਸੂਸ ਕਰਦੇ ਆ। ਉਹ ਸ਼ੇਅਰ, ਲਾਈਕ ਅਤੇ ਕਮੈਂਟ ਦੇ ਚੱਕਰ ਦੇ ਵਿੱਚ ਕਿਸੇ ਵੀ ਜਿਉਂਦੇ ਨੂੰ ਮਾਰ ਸਕਦੇ ਆ ਅਤੇ ਮਰੇ ਨੂੰ ਖੜ੍ਹਾ ਕਰ ਸਕਦੇ ਆ। ਇਹ ਉਹਨਾਂ ਦੀ ਮਾੜੀ ਆੜਤ ਦਾ ਬਹੁਤ ਵੱਡਾ ਰੂਪ ਹੈ। ਭਗਵੰਤ ਮਾਨ ਬਿਮਾਰ ਹੋ ਗਏ ਆ, ਪਹਿਲਾਂ ਇਹ ਖਬਰ ਆਈ, ਭਗਵੰਤ ਮਾਨ ਹਾਦਸਾਗ੍ਰਸਤ ਹੋ ਗਏ ਆ ਇਹ ਖਬਰ ਆਈ, ਪਰ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਮੈਂ ਬਿਲਕੁਲ ਤੰਦਰੁਸਤ ਹਾਂ, ਮੈਂ ਸ਼ਨੀਵਾਰ ਨੂੰ ਲੋਹੀਆਂ ਖੇਤਰ ਦੇ ਵਿੱਚ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਲੋਕ ਆ ਜਾਂ ਜਿਹੜੇ ਘਰ ਡੁੱਬੇ ਹੋਏ ਆ, ਪਿੰਡ ਡੁੱਬੇ ਹੋਏ ਆ, ਉਹਨਾਂ ਲੋਕਾਂ ਦੇ ਵਿੱਚ ਜਾ ਕੇ ਹਾਲ ਚਾਲ ਪੁੱਛਣਾ। ਪਰ ਦੂਜੀ ਵੱਡੀ ਖਬਰ ਇਹ ਹੈ ਕਿ ਸੰਗਰੂਰ ਖੇਤਰ ਤੋਂ ਹੀ ਭਗਵੰਤ ਮਾਨ ਦੇ ਖਿਲਾਫ ਬਗਾਵਤ ਸ਼ੁਰੂ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਦਾ ਕਿਸੇ ਨੇ ਬਾਹਰੋਂ ਆ ਕੇ ਨੁਕਸਾਨ ਨਹੀਂ ਕੀਤਾ, ਆਪਾਂ ਸਾਰੇ ਜਾਣਦੇ ਹਾਂ ਕਿ ਆਪਣਿਆਂ ਨੇ ਹੀ ਕੀਤਾ, ਉਹਦੇ ਪਿੱਛੇ ਵੱਖੋ ਵੱਖਰੇ ਕਾਰਨ ਆ, ਇਹਦੇ ਬਾਬਤ ਵੀ ਵੱਡੀ ਗਿਣਤੀ 'ਚ ਲੋਕ ਜਾਣਦੇ ਆ। ਪਰ ਭਗਵੰਤ ਮਾਨ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਟਵਿੱਟਰ ਦੇ ਉੱਤੇ ਮੋਰਚਾ ਖੋਲ੍ਹਿਆ ਗਿਆ, ਜਿਸ ਤਰੀਕੇ ਦੇ ਨਾਲ ਆਪਣੀ ਹੀ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਖੋਲ੍ਹਿਆ ਗਿਆ, ਅਤੇ ਇਹ ਗੱਲ ਕਹੀ ਗਈ ਹੈ ਕਿ ਜੇਕਰ ਭਗਵੰਤ ਮਾਨ ਨੂੰ ਪੰਜਾਬ ਪਾਰਟੀ ਦੀ ਪ੍ਰਧਾਨਗੀ ਤੋਂ ਨਾ ਲਾਇਆ ਤਾਂ ਪਾਰਟੀ ਤਬਾਹ ਹੋ ਜਾਣੀ ਹੈ। ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਭਗਵੰਤ ਮਾਨ ਦੇ ਉੱਤੇ ਇਸੇ ਤਰੀਕੇ ਨਾਲ ਕਿਰਪਾ ਰੱਖੀ ਗਈ ਤਾਂ ਪਾਰਟੀ ਦਾ ਨਾਮੋ ਨਿਸ਼ਾਨ ਮਿਟ ਜਾਣਾ। ਇਸ ਕਰਕੇ ਭਗਵੰਤ ਮਾਨ ਨੂੰ ਲਾਇਆ ਜਾਵੇ, ਕਿਉਂਕਿ ਇਹਦੇ ਵੱਲੋਂ ਪਿਛਲੇ 1.5-2 ਵਰ੍ਹਿਆਂ ਤੋਂ ਪੰਜਾਬ ਦੇ ਵਿੱਚ ਪਾਰਟੀ ਨੂੰ ਇਕਜੁੱਟ ਕਰਨ ਦੇ ਲਈ, ਊਰਜਾਵਾਨ ਬਣਾਉਣ ਦੇ ਲਈ ਕੁਝ ਨਹੀਂ ਕੀਤਾ ਗਿਆ। ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਭਗਵੰਤ ਮਾਨ ਸੰਗਰੂਰ ਖੇਤਰ ਦੇ ਵਿੱਚ ਜੋ ਕੰਮ ਕਾਜ ਕਰਦੇ ਨੇ ਇਹਦੇ ਬਾਬਤ ਕਦੇ ਕਿਸੇ ਨੂੰ ਭਰੋਸੇ ਵਿੱਚ ਨਹੀਂ ਲੈਂਦੇ, ਭਗਵੰਤ ਮਾਨ ਦੇ ਵੱਲੋਂ ਮਨ ਆਈਆਂ ਕੀਤੀਆਂ ਜਾਂਦੀਆਂ। ਸੋ ਜਿਨ੍ਹਾਂ ਨੇ ਇਹ ਮੰਗ ਕੀਤੀ ਆ ਉਹਨਾਂ ਦੀ ਮੰਗ ਕਦੇ ਸਵੀਕਾਰ ਹੋਣੀ ਨਹੀਂ, ਇਹਦੇ ਬਾਬਤ ਸਾਨੂੰ ਪੱਕਾ ਯਕੀਨ ਹੈ, ਕਿਉਂਕਿ ਜੇਕਰ ਪੋਟਿਆਂ ਦੇ ਉੱਤੇ ਗਿਣਨੇ ਹੋਣ ਆਮ ਆਦਮੀ ਪਾਰਟੀ ਦੇ ਨੇਤਾ ਤਾਂ ਉਹਦੇ ਵਿੱਚ ਇੱਕ ਭਗਵੰਤ ਮਾਨ ਹੀ ਦਿਸਦਾ ਜਿਹਦੇ ਤੋਂ ਲੋਕ ਪ੍ਰਭਾਵਿਤ ਵੀ ਹੁੰਦੇ ਆ, ਜਿਹਨੂੰ ਲੋਕ ਸੁਣਦੇ ਵੀ ਹੈ। ਪਰ ਜਿਸ ਤਰੀਕੇ ਨਾਲ ਪੈਰ ਮਿਧਣ ਦੀ ਰਾਜਨੀਤੀ ਹਰ ਪਾਸੇ ਚੱਲਦੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੈ, ਅਤੇ ਇਹਦੇ ਕਰਕੇ ਨੁਕਸਾਨ ਕਿਹਦਾ ਹੋਇਆ ਆਪਾਂ ਇਹਦੇ ਬਾਰੇ ਵੀ ਸਾਰਾ ਜਾਣਦੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਦੇ ਵਿੱਚ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਖਿਲਾਫ ਆਪਣੇ ਹੀ ਹਲਕੇ ਤੋਂ ਬਗਾਵਤੀ ਸੁਰ ਉੱਠੇ ਨੇ। ਸੰਗਰੂਰ ਤੋਂ ਪ੍ਰਧਾਨ ਦਿਨੇਸ਼ ਬੰਸਲ ਨੇ ਆਪਣੇ ਟਵਿੱਟਰ ਖਾਤੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਕੇ ਭਗਵੰਤ ਮਾਨ ਨੂੰ ਪੰਜਾਬ ਦਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਲਾਉਣ ਦੀ ਮੰਗ ਕੀਤੀ ਹੈ। ਇਹਦੇ ਵਿੱਚ ਬੰਸਲ ਨੇ ਦਲੀਲ ਦਿੱਤੀ ਹੈ ਕਿ ਭਗਵੰਤ ਮਾਨ ਨੂੰ ਹਟਾਉਣ ਦੇ ਨਾਲ ਪੰਜਾਬ ਦੇ ਵਿੱਚ ਪਾਰਟੀ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਦਿਨੇਸ਼ ਬੰਸਲ ਨੇ ਕਿਹਾ ਕਿ ਪਿਛਲੇ 1.5 ਵਰ੍ਹੇ ਤੋਂ ਭਗਵੰਤ ਮਾਨ ਦਾ ਪਾਰਟੀ ਦੇ ਕਿਸੇ ਵਰਕਰ ਨਾਲ ਕੋਈ ਸੰਪਰਕ ਨਹੀਂ, ਪਾਰਟੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵਰਕਰਾਂ ਨੂੰ ਸ਼ਾਮਿਲ ਨਹੀਂ ਕਰਵਾਇਆ ਜਾਂਦਾ। ਇਸ ਦੇ ਨਾਲ ਹੀ ਉਹਨਾਂ ਨੂੰ ਸੰਗਰੂਰ ਹਲਕੇ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਨਹੀਂ ਦੱਸਿਆ ਜਾਂਦਾ। ਇੱਥੋਂ ਤੱਕ ਕਿ ਸੰਸਦ ਮੈਂਬਰ ਭਗਵੰਤ ਮਾਨ ਪਾਰਟੀ ਦੇ ਨਵੇਂ ਵਰਕਰਾਂ ਅਤੇ ਨੇਤਾਵਾਂ ਦਾ ਫੋਨ ਵੀ ਨਹੀਂ ਚੁੱਕਦੇ। ਬੰਸਲ ਨੇ ਮਾਨ ਉੱਤੇ ਗੰਭੀਰ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਦੇ ਦੁਰਾਚਾਰ ਕਰਕੇ ਪੰਜਾਬ ਦੇ ਵਿੱਚ ਪਾਰਟੀ ਖਤਮ ਹੋਣ ਦੇ ਕੰਢੇ 'ਤੇ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰ ਕੀਤੀ ਜਾਵੇਗੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਵਰਕਰਾਂ ਨੇ ਕੀ ਕਰਨਾ। ਉੱਧਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਪ੍ਰਧਾਨ ਦੇ ਇਸ ਟਵੀਟ ਤੋਂ ਬਾਅਦ ਸਖ਼ਤ ਕਦਮ ਚੁੱਕਦਿਆਂ ਤੁਰੰਤ ਪ੍ਰਭਾਵ ਦੇ ਨਾਲ ਦਿਨੇਸ਼ ਬੰਸਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰ ਪਾਰਟੀ ਦੇ ਵਿੱਚ ਭਾਵੇਂ ਉਹ ਛੋਟੀ ਹੋਵੇ ਜਾਂ ਵੱਡੀ, ਉਹਦੇ ਵਿੱਚ ਘੱਟ ਜਾਂ ਵੱਧ ਇੱਕ ਦੂਜੇ ਦੇ ਖਿਲਾਫ ਬਗਾਵਤ ਹੁੰਦੀ ਹੈ, ਹੁੰਦੀ ਸੀ ਅਤੇ ਹੁੰਦੀ ਵੀ ਰਹਿਣੀ ਆ, ਕਿਉਂਕਿ ਮੁਕਾਬਲਾ ਹਰ ਖੇਤਰ ਦੇ ਵਿੱਚ ਹੀ ਆ। ਪਰ ਜੇਕਰ ਅਸੀਂ ਕਿਸੇ ਨੂੰ ਕਾਟ ਕਰਨਾ, ਜੇਕਰ ਅਸੀਂ ਕਿਸੇ ਨੂੰ ਪਿੱਛੇ ਛੱਡਣਾ,
ਜੇਕਰ ਅਸੀਂ ਖੁਦ ਨੂੰ ਚਮਕਾਉਣਾ, ਜੇਕਰ ਅਸੀਂ ਕਿਸੇ ਦੇ ਉੱਤੇ ਇਲਜ਼ਾਮ ਲਾ ਕੇ ਅਤੇ ਉਹਨੂੰ ਪਰੇ ਕਰਨਾ ਤਾਂ ਫਿਰ ਸਾਨੂੰ ਉਹਦੇ ਨਾਲੋਂ ਵੱਡੀ ਲਕੀਰ ਖਿੱਚਣੀ ਪੈਂਦੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਜੇਕਰ ਅਸੀਂ ਨੇਤਾ ਪੋਟਿਆਂ ਦੇ ਉੱਤੇ ਗਿਣਨ ਲੱਗੀਏ ਤਾਂ ਭਗਵੰਤ ਮਾਨ ਤੋਂ ਬਿਨਾਂ ਕੋਈ ਇੱਕ ਨਾਂ ਇਹੋ ਜਿਹਾ ਲਿਆ ਨਹੀਂ ਜਾ ਸਕਦਾ ਜਿਹਨੂੰ ਸੁਣਨ ਵਾਸਤੇ ਪੰਜਾਬ ਦੇ 2000 ਬੰਦੇ ਵੀ ਇਕੱਠੇ ਹੋਣ, ਜਿਹਨੂੰ ਸੁਣਨ ਵਾਸਤੇ 2-4 ਹਜ਼ਾਰ ਵੋਟਰ ਇੱਕ ਥਾਂ ਦੇ ਉੱਤੇ ਜੁੜ ਜਾਵੇ। ਇਸ ਕਰਕੇ ਭਗਵੰਤ ਮਾਨ ਹੀ ਪਾਰਟੀ ਹੈ ਪੰਜਾਬ ਦੇ ਵਿੱਚ, ਅਤੇ ਪਾਰਟੀ ਹੀ ਭਗਵੰਤ ਮਾਨ ਹੈ ਇਸ ਵਕਤ ਤਾਂ ਇਹ ਜਾਪ ਰਿਹਾ ਪੰਜਾਬ ਦੇ ਅੰਦਰ। ਕੱਲ੍ਹ ਨੂੰ ਕੋਈ ਚਮਤਕਾਰ ਹੋ ਜਾਵੇ ਕੁਝ ਕਹਿ ਨਹੀਂ ਸਕਦੇ, ਪਰ ਜਿਸ ਤਰੀਕੇ ਦੇ ਨਾਲ 12 ਥਾਵਾਂ ਦੇ ਉੱਤੇ ਪਾਰਟੀ ਦਾ ਕੱਖ ਨਹੀਂ ਬਣਿਆ ਅਤੇ ਲੋਕ ਸਭਾ ਦੇ ਵਿੱਚ ਇੱਕੋ ਹੀ ਸੀਟ ਜਿੱਤੀ ਗਈ ਹੈ, ਇਸ ਕਰਕੇ ਭਗਵੰਤ ਮਾਨ ਨੂੰ ਸੰਗਰੂਰ ਦੇ ਲੋਕ ਜੇਕਰ ਚਾਹੁੰਦੇ ਆ ਤਾਂ ਇਸੇ ਕਰਕੇ ਉਹ ਦੁਬਾਰਾ ਜਿੱਤਿਆ, ਅਤੇ ਜੇਕਰ ਉਹਨੇ ਕੰਮ ਨਾ ਕੀਤੇ ਹੁੰਦੇ ਤਾਂ ਫਿਰ ਉਹਨੇ ਜਿੱਤਣਾ ਵੀ ਕਾਹਦਾ ਸੀ। ਇਸ ਵਕਤ ਜਦੋਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਕਿ ਲੈ ਦੇ ਕੇ ਸਾਡੇ ਕੋਲ ਇੱਕ ਭਗਵੰਤ ਮਾਨ ਹੀ ਹੈ, ਤਾਂ ਇਹ ਜਿਹੜੇ ਟਵੀਟੋ ਟਵੀਟੀ ਹੋਣ ਵਾਲੇ ਤਰੀਕੇ ਆ, ਇਹ ਜੋ ਨਵੀਆਂ ਚਾਲਾਂ, ਇਹਨਾਂ ਦੇ ਬਾਬਤ ਜਾਣਦੇ ਸਾਰਾ ਕੁਝ ਹੀ ਹੈ, ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਭਗਵੰਤ ਦੇ ਵੱਲੋਂ ਇਹਦੇ ਮੁਤਲਕ ਕੋਈ ਮੋੜਵਾਂ ਉੱਤਰ ਨਹੀਂ ਦਿੱਤਾ ਗਿਆ, ਪਰ ਪਾਰਟੀ ਦੇ ਵੱਲੋਂ ਅਨੁਸ਼ਾਸਨੀ ਕਾਰਵਾਈ ਸੰਬੰਧਿਤ ਵਿਅਕਤੀ ਦੇ ਉੱਤੇ ਕਰਨ ਦੀ ਗੱਲ ਕਹੀ ਗਈ ਹੈ ਕਿ ਜੀ ਉਹਨਾਂ ਨੇ ਜੇਕਰ ਕੋਈ ਮਸਲਾ ਸੀ ਤਾਂ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਰੱਖਣ ਦੀ ਥਾਂ ਦੇ ਉੱਤੇ ਜਨਤਕ ਮੰਚ ਦੇ ਉੱਤੇ ਕਿਉਂ ਨਸ਼ਰ ਕੀਤਾ। ਇਹ ਇੱਕ ਬਹੁਤ ਵੱਡੀ ਗੱਲ ਵੀ ਹੈ, ਕਿਉਂਕਿ ਕੋਈ ਵੀ ਪਾਰਟੀ ਹੋਵੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੰਗੀਆਂ ਮੰਦੀਆਂ ਹੁੰਦੀਆਂ, ਉਹਨਾਂ ਗੱਲਾਂ ਦੇ ਉੱਤੇ ਵਿਚਾਰ ਚਰਚਾ ਇੱਕ ਮੇਜ਼ ਦੇ ਉੱਤੇ ਬੈਠ ਕੇ ਕੀਤੀ ਜਾ ਸਕਦੀ ਹੈ, ਨਾ ਕਿ ਫੇਸਬੁੱਕ ਦੇ ਉੱਤੇ ਅਤੇ ਟਵਿੱਟਰ ਦੇ ਉੱਤੇ ਚਰਚਾ ਛੱਡਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਮਿਲਦੇ ਨਹੀਂ ਜਾਂ ਬਹੁਤ ਘੱਟ ਮਿਲਦੇ ਆ, ਲੋਕਾਂ ਨੂੰ ਨਜ਼ਰ ਵੀ ਨਹੀਂ ਆਉਂਦੇ। ਅੱਜ ਕੱਲ੍ਹ ਉਹ ਰੋਪੜ ਜਾਂ ਸੁਲਤਾਨਪੁਰ ਲੋਧੀ ਦੇ ਕੁਝ ਕੁ ਪਿੰਡਾਂ ਦੇ ਵਿੱਚ ਗੇੜਾ ਕੱਢ ਕੇ ਗਏ ਆ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕਿਹਾ ਕਿ ਸਾਨੂੰ ਓਨੀ ਦੇਰ ਤੱਕ ਗੇੜਿਆਂ ਦਾ ਕੋਈ ਲਾਭ ਨਹੀਂ, ਸਾਨੂੰ ਓਨੀ ਦੇਰ ਤੱਕ ਇਹਨਾਂ ਦੌਰਿਆਂ ਦਾ ਕੋਈ ਫਾਇਦਾ ਨਹੀਂ, ਜਿੰਨੀ ਦੇਰ ਤੱਕ ਕੋਈ ਰਾਹਤ ਸਮੱਗਰੀ ਨਹੀਂ ਮਿਲਦੀ, ਜਿੰਨੀ ਦੇਰ ਤੱਕ ਸਾਡੇ ਕਰਜ਼ੇ ਮਾਫ਼ ਨਹੀਂ ਹੁੰਦੇ, ਜਿੰਨੀ ਦੇਰ ਤੱਕ ਸਾਡੇ ਢਹਿ ਚੁੱਕੇ ਘਰਾਂ ਨੂੰ ਜਾਂ ਢਹਿਣ ਦੇ ਕੰਢੇ ਦੇ ਉੱਤੇ ਪਹੁੰਚੇ ਘਰਾਂ ਦੇ ਬਾਬਤ ਕੁਝ ਸੋਚਿਆ ਨਹੀਂ ਜਾਂਦਾ, ਜਿੰਨੀ ਦੇਰ ਤੱਕ ਸਾਨੂੰ ਫਸਲਾਂ ਦਾ ਮੁਆਵਜ਼ਾ ਸਹੀ ਤਰੀਕੇ ਨਾਲ ਦੇਣ ਦੀ ਗੱਲ ਨਹੀਂ ਛਿੜਦੀ, ਅਸੀਂ ਇਹਨਾਂ ਗੇੜਿਆਂ ਤੋਂ ਕਰਾਉਣਾ ਕੀ ਆ। ਪਰ ਇਹਨਾਂ ਸਭ ਗੱਲਾਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਕਿਤਾਬਾਂ ਲਿਖਣ ਦੇ ਵਿੱਚ ਮਸਰੂਫ ਹੈ। ਮੁੱਖ ਮੰਤਰੀ ਸਾਹਿਬ ਦੀਆਂ 5 ਕਿਤਾਬਾਂ ਇਸ ਤੋਂ ਪਹਿਲਾਂ ਆਈਆਂ, 6ਵੀਂ ਦੀ ਤਿਆਰੀ ਹੈ। ਹੁਣ ਉਹਨਾਂ ਦੇ ਵੱਲੋਂ ਕਾਲੇ ਦੌਰ ਦੇ ਉੱਤੇ ਕਿਤਾਬ ਲਿਖਣ ਦੀ ਤਿਆਰੀ ਕੀਤੀ ਗਈ ਹੈ। ਕੈਪਟਨ ਸਾਹਿਬ ਦੇ ਕੋਲ ਇੰਨਾ ਸਮਾਂ ਕਿਵੇਂ ਨਿਕਲਦਾ ਕਿ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਵੀ ਸੰਭਾਲਣੀ ਹੈ ਅਤੇ ਕਿਤਾਬ ਵੀ ਲਿਖਣੀ ਹੈ, ਇਹਦੇ ਬਾਬਤ ਲੋਕਾਂ ਦੇ ਆਪੋ ਆਪਣੇ ਵਿਚਾਰ ਹੈ। ਪਰ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਸਾਰੀ ਸਮੱਗਰੀ ਇਕੱਠੀ ਕਰ ਲਈ ਗਈ ਹੈ, ਬਸ ਹੁਣ ਉਹਨੂੰ ਖਰੜੇ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਜਾਣਾ ਬਾਕੀ ਹੈ। ਪਹਿਲਾਂ ਇਸ ਰਿਪੋਰਟ ਦਾ ਅਸੀਂ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਾਲੇ ਦੌਰ ਨਾਲ ਸੰਬੰਧਿਤ ਵਾਪਰੀਆਂ ਇਤਿਹਾਸਕ ਅਤੇ ਸਿਆਸੀ ਘਟਨਾਵਾਂ ਦੇ ਉੱਤੇ ਇੱਕ ਕਿਤਾਬ ਲਿਖਣ ਵਾਲੇ ਨੇ ਜੋ ਬਹੁਤ ਜਲਦ ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਅਜੇ ਇਹ ਕਿਤਾਬ ਲਿਖਣੀ ਸ਼ੁਰੂ ਨਹੀਂ ਕੀਤੀ, ਪਰ ਕਿਤਾਬ ਦੇ ਵਿੱਚ ਸ਼ਾਮਿਲ ਕਰਨ ਵਾਲੀ ਸਾਰੀ ਸਮੱਗਰੀ ਅਤੇ ਘਟਨਾਕ੍ਰਮ ਤਿਆਰ ਕਰ ਲਿਆ ਗਿਆ। ਕੈਪਟਨ ਨੇ ਕਿਤਾਬ ਲਿਖਣ ਦੀ ਇਹ ਗੱਲ ਕੁਝ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ। ਦੱਸਣਾ ਬਣਦਾ ਕਿ ਕੈਪਟਨ ਵੱਲੋਂ ਕਾਲੇ ਦੌਰ ਬਾਰੇ ਲਿਖੀ ਜਾ ਰਹੀ ਕਿਤਾਬ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਲਿਆ ਸਕਦੀ ਹੈ। ਮੁੱਖ ਮੰਤਰੀ ਦੀ ਇਸ ਕਿਤਾਬ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮੇਂ ਤੋਂ ਲੈ ਕੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਤੱਕ ਦੇ ਇਤਿਹਾਸ ਦੇ ਵਿੱਚ ਵਾਪਰੀਆਂ ਸਿਆਸੀ ਅਤੇ ਹੋਰ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਹੋਣ ਵਾਲਾ ਹੈ। ਮੁੱਖ ਮੰਤਰੀ ਦਾ ਮੰਨਣਾ ਕਿ ਇਸ ਕਾਲ ਦੀ ਹਕੀਕਤ ਬਾਰੇ ਪੰਜਾਬ ਦੇ ਲੋਕਾਂ, ਖਾਸ ਕਰਕੇ ਨਵੀਂ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਕੁਝ ਅਜਿਹੇ ਤੱਥਾਂ ਦੀ ਸੱਚਾਈ ਹੈ ਜਿਹਦੇ ਬਾਬਤ ਲੋਕਾਂ ਨੂੰ ਜਾਣਕਾਰੀ ਨਹੀਂ। ਪੰਜਾਬ ਦੇ ਕਾਲੇ ਦੌਰ ਨੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਕਿਤਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਮਹੱਤਵਪੂਰਨ ਗੱਲਾਂ ਦਰਜ ਕਰਦੇ ਨੇ, ਇਹ ਤਾਂ ਕਿਤਾਬ ਹੱਥਾਂ ਦੇ ਵਿੱਚ ਪਹੁੰਚਣ ਤੋਂ ਬਾਅਦ ਪਤਾ ਲੱਗੇਗਾ। ਪਰ ਇੱਕ ਗੱਲ ਸਾਫ਼ ਹੈ ਕਿ ਇਸ ਸਮੇਂ ਦੌਰਾਨ ਸਿਆਸੀ ਆਗੂਆਂ ਦੇ ਕਿਰਦਾਰ ਅਤੇ ਅਸਲ ਚਿਹਰਿਆਂ ਤੋਂ ਪਰਦਾ ਜ਼ਰੂਰ ਉੱਠ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਇਸ ਤੋਂ ਪਹਿਲਾਂ 5 ਕਿਤਾਬਾਂ ਲਿਖ ਚੁੱਕੇ ਨੇ। ਕੈਪਟਨ ਮੁਤਾਬਕ ਮੁੱਖ ਮੰਤਰੀ ਬਣਨ ਤੋਂ ਬਾਅਦ ਰੁਝੇਵੇਂ ਕਾਫ਼ੀ ਵੱਧ ਗਏ ਸਨ, ਇਸ ਕਰਕੇ ਉਹਨਾਂ ਨੇ ਇਹ ਕਿਤਾਬ ਲੇਟ ਲਿਖਣੀ ਸ਼ੁਰੂ ਕੀਤੀ ਹੈ। ਇਸ ਖਬਰ 'ਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਸਮੁੱਚੇ ਦੇਸ਼ ਨੂੰ ਬਹੁਤ ਸਾਰੀਆਂ ਆਸਾਂ, ਪਰ ਉਹ ਵਿਦੇਸ਼ਾਂ ਦੇ ਦੌਰਿਆਂ ਦੇ ਵਿੱਚ, ਉਹ ਰੇਡੀਓ ਦੇ ਉੱਤੇ ਬੋਲਣ ਦੇ ਵਿੱਚ ਅਤੇ ਉਹ TV ਚੈਨਲਾਂ ਦੇ ਉੱਤੇ ਆਉਣ ਦੇ ਵਿੱਚ, ਜਾਂ ਉਹ ਅੱਜ ਕੱਲ੍ਹ ਜੰਗਲ ਦੇ ਵਿੱਚ ਜੋ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਵਿੱਚ ਵੀ ਮਸਰੂਫ ਰਹਿੰਦੇ ਆ। ਬਿਲਕੁਲ ਉਸੇ ਤਰਜ਼ ਦੇ ਉੱਤੇ ਜਦੋਂ ਪੰਜਾਬ ਦੇ ਲੋਕਾਂ ਦੀਆਂ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਸਮੱਸਿਆਵਾਂ, ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਕਿਤਾਬ ਲਿਖਣ ਦੇ ਲਈ ਵਕਤ ਕੱਢ ਰਹੇ ਆ। ਸਾਨੂੰ ਉਹਨਾਂ ਦੀ ਕਿਤਾਬ ਲਿਖਣ ਦੀ ਕਲਾ ਦੇ ਉੱਤੇ ਕੋਈ ਇਤਰਾਜ਼ ਨਹੀਂ, ਉਹ ਜੰਮ ਜੰਮ ਕੇ ਕਿਤਾਬਾਂ ਲਿਖਣ, ਇਹ ਹੁਨਰ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਕਿਸੇ ਮੁੱਖ ਮੰਤਰੀ ਦੇ ਵੱਲੋਂ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਕਿਤਾਬ ਲਿਖੀ ਜਾਣਾ ਜਾਂ ਕਿਤਾਬ ਲਿਖ ਦੇਣਾ, ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪਰ ਉਹ ਕੰਮ ਪਹਿਲ ਦੇ ਆਧਾਰ ਦੇ ਉੱਤੇ ਹੋਣੇ ਚਾਹੀਦੇ ਆ ਜਿਹੜੇ ਕੰਮਾਂ ਕਰਕੇ ਲੋਕਾਂ ਨੇ ਵੋਟਾਂ ਪਾਈਆਂ,
ਜਿਹੜੀਆਂ ਆਸਾਂ ਕਰਕੇ ਲੋਕਾਂ ਨੇ ਵੋਟਾਂ ਪਾਈਆਂ, ਜੇਕਰ ਉਹਨਾਂ ਆਸਾਂ ਨੂੰ ਬੂਰ ਨਹੀਂ ਲੱਗਦਾ ਅਤੇ ਅਸੀਂ ਕਿਤਾਬਾਂ ਲਿਖਣ ਦੇ ਵਿੱਚ ਮਸਰੂਫ ਰਹਿੰਦੇ ਹਾਂ, ਤਾਂ ਮਤਲਬ ਇਹ ਹੈ ਵੀ ਲੋਕਾਂ ਦੇ ਮਸਲਿਆਂ ਦੇ ਪ੍ਰਤੀ ਸਾਡਾ ਉਨਾ ਧਿਆਨ ਨਹੀਂ। ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਕਿ ਅਸੀਂ ਕਾਂਗਰਸ ਦੀ ਸਰਕਾਰ ਤੋਂ ਨਿਰਾਸ਼ ਹਾਂ। ਉਸ ਵਕਤ ਜਦੋਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੋਵੇ, ਉਸ ਵਕਤ ਜਦੋਂ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਨਾ ਮਿਲਦੀ ਹੋਵੇ, ਉਸ ਵਕਤ ਜਦੋਂ ਸਿਹਤ ਅਤੇ ਸਿੱਖਿਆ ਦਾ ਢਾਂਚਾ ਹਿੱਲਿਆ ਹੋਵੇ, ਉਸ ਵਕਤ ਜਦੋਂ ਪੰਜਾਬ ਦੀ ਜਵਾਨੀ ਚਿੱਟੇ ਦੇ ਕਰਕੇ ਮਰ ਰਹੀ ਹੋਵੇ, ਉਸ ਵਕਤ ਜਦੋਂ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵੱਲ ਕੂਚ ਕਰ ਰਹੀ ਹੋਵੇ, ਤਾਂ ਅਸੀਂ ਇਹਨਾਂ ਸਾਰੇ ਮਸਲਿਆਂ ਦੇ ਵੱਲ ਖਿਆਲ ਕਰਨ ਦੀ ਥਾਂ ਦੇ ਉੱਤੇ ਕਿਤਾਬਾਂ ਲਿਖਣ ਦੇ ਵਿੱਚ ਮਸਰੂਫ ਹੋਈਏ ਜਾਂ ਕਿਤਾਬਾਂ ਲਿਖਣ ਦੇ ਲਈ ਸਾਰੇ ਘਟਨਾਕ੍ਰਮ ਤਿਆਰ ਕਰੀਏ, ਤਾਂ ਮਤਲਬ ਇਹ ਆ ਕਿ ਬਾਕੀ ਸਾਰੇ ਮਸਲੇ ਛੋਟੇ ਆ, ਸਾਡੇ ਲਈ ਕਿਤਾਬ ਦਾ ਮਸਲਾ ਬਹੁਤ ਵੱਡਾ। ਅਸੀਂ ਇਹ ਚਾਹੁੰਦੇ ਹਾਂ ਕਿ ਕਾਲੇ ਦੌਰ ਦਾ ਸੱਚ ਸਾਹਮਣੇ ਆਵੇ, ਜਿਹੜੇ ਜਿਹੜੇ ਨੇਤਾਵਾਂ ਨੇ ਅਤੇ ਜਿਹੜੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਜੋ ਜੋ ਧੱਕੇਸ਼ਾਹੀ ਕੀਤੀ ਆ, ਇਹ ਸਾਰਾ ਕੁਝ ਨਸ਼ਰ ਹੋਣਾ ਚਾਹੀਦਾ। ਲੋਕਾਂ ਨੂੰ ਜੋ ਅੱਜ ਤੱਕ ਪਰਦੇ ਦੇ ਵਿੱਚ ਰੱਖਿਆ ਗਿਆ, ਜੋ ਭਰਮ ਦੇ ਵਿੱਚ ਰੱਖਿਆ ਗਿਆ, ਇਹ ਸਾਰਾ ਭਰਮ ਖਿੰਡ ਜਾਣਾ ਚਾਹੀਦਾ। ਪਰ ਇੱਕ ਗੱਲ ਇਹ ਤਾਂ ਜ਼ਰੂਰ ਸੋਚਣੀ ਵਿਚਾਰਨੀ ਬਣਦੀ ਹੈ ਕਿ ਇਹ ਸਾਰਾ ਕੁਝ ਬਾਅਦ ਦੇ ਵਿੱਚ ਵੀ ਹੋ ਸਕਦਾ। ਪਹਿਲਾਂ ਉਹ ਕੰਮ ਕਰਨੇ ਚਾਹੀਦੇ ਆ ਜਿਹਦੇ ਕਰਕੇ 2.5-3 ਵਾਰੇ ਪਹਿਲਾਂ ਲੋਕਾਂ ਨੇ ਇੱਕ ਇੱਕ ਕੀਮਤੀ ਵੋਟ ਪਾਈ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ। ਲੋਕਾਂ ਦੇ ਵੱਲੋਂ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਦੇ ਫੇਸਬੁੱਕ ਸਫ਼ੇ ਦੇ ਉੱਤੇ ਹਰ ਰੋਜ਼ ਟਿੱਪਣੀਆਂ ਕੀਤੀਆਂ ਜਾਂਦੀਆਂ, ਕੈਪਟਨ ਸਾਹਿਬ ਨੂੰ ਉਹ ਜ਼ਰੂਰ ਪੜ੍ਹਨੀਆਂ ਚਾਹੀਦੀਆਂ। ਉਹਨਾਂ ਦੀ ਇੱਕ ਇੱਕ ਪੋਸਟ ਦੇ ਥੱਲੇ 95% ਲੋਕਾਂ ਦੇ ਵੱਲੋਂ ਕੀ ਹੁੰਗਾਰੇ ਦਿੱਤੇ ਗਏ ਹੁੰਦੇ ਆ, ਇਹਦੇ ਬਾਬਤ ਉਹਨਾਂ ਨੂੰ ਜ਼ਰੂਰ ਜਾਣਨਾ ਚਾਹੀਦਾ। ਮੈਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਕਿ ਜੇਕਰ ਕੈਪਟਨ ਸਾਹਿਬ ਉਹਨਾਂ ਪ੍ਰਤੀਕਿਰਿਆਵਾਂ ਨੂੰ ਪੜ੍ਹ ਲੈਣ, ਉਹ ਕਮੈਂਟ ਪੜ੍ਹ ਲੈਣ, ਉਹਨਾਂ ਨੂੰ ਪਤਾ ਲੱਗ ਜਾਣਾ ਕਿ ਸਰਕਾਰ ਦੇ ਵੱਲੋਂ ਜੋ ਜੋ ਕੁਝ ਕੀਤਾ ਗਿਆ, ਲੋਕ ਉਹਦੇ ਤੋਂ ਕਿੰਨੇ ਕੁ ਸੰਤੁਸ਼ਟ ਹੈ ਅਤੇ ਕਿੰਨੇ ਕੁ ਅਸੰਤੁਸ਼ਟ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ, ਬਹੁਤ ਬਹੁਤ ਮਿਹਰਬਾਨੀ।